ਕਰਤਾਰ ਸਿੰਘ ਨੂੰ ਕੱਟ ਗਈ। ਇੱਕ ਸਰਸਰੀ ਗੱਲ ਨੇ ਉਸ ਨੂੰ ਆਪਣੇ ਵਿਸ਼ੇਸ਼ ਹੋਣ ਦਾ ਅਹਿਸਾਸ ਕਰਵਾ ਦਿੱਤਾ। ਜੇ ਸਮਾਂ ਲੱਗੇਗਾ ਤਦ ਫਿਰ ਸਹੀ, ਜਦ ਤੁਸੀਂ ਚਾਹੋ। ਸਰਪੰਚ ਨਾ ਕਹਿਣ ਦੀ ਪੁਜੀਸ਼ਨ ਵਿੱਚ ਨਹੀਂ ਸੀ। ਤੁਸੀਂ ਪਰਸੋਂ ਐਤਵਾਰ ਨੂੰ ਮੰਡੀ ਆਓ, ਜੇ ਮਾਮੂਲੀ ਗੱਲ ਹੁੰਦੀ ਮੈਂ ਖੜਿਆ ਖੜੁੱਤਿਆਂ ਹੀ ਕਹਿ ਦਿੰਦੀ। ਇੰਨੀ ਕਹਿ ਕੇ ਰੂਪ ਹੋਰ ਵੀ ਸੰਜੀਦਾ ਹੋ ਗਈ। ਬਹੁਤ ਅੱਛਾ, ਮੈਂ ਜ਼ਰੂਰ ਆ ਜਾਵਾਂਗਾ। ਕਰਤਾਰ ਸਿੰਘ ਉੱਤੇ ਕੁੜੀ ਦੀ ਗੰਭੀਰਤਾ ਅਸਰ ਕਰੇ ਬਿਨਾਂ ਰਹਿ ਸਕੀ। ਉਹ ਹੱਥ ਜੋੜ ਕੇ ਤੁਰਨ ਲੱਗਾ। ਟਾਟਾ, ਸੁਮੇਰ ਨੇ ਸਰਪੰਚ ਨੂੰ ਹੱਥ ਹਿਲਾਇਆ। ਅੱਛਾ ਸਰਦਾਰ ਜੀ, ਉਹ ਕਿੰਨੀ ਦੂਰ ਤੱਕ ਖੁਸ਼ ਹੋਇਆ, ਹੱਸਦਾ ਗਿਆ। ਅਧਿਆਪਕਾਂ ਅਤੇ ਸਰਪੰਚ ਇੱਕ ਦੂਜੇ ਨੂੰ ਸਮਝਣ ਲਈ ਆਪਣੀ ਥਾਂ ਸੋਚਣ ਲਈ ਮਜਬੂਰ ਸਨ। ਰੂਪ ਖਿਆਲ ਕਰ ਰਹੀ ਸੀ, ਬੰਦਾ ਮਧਰਾ ਜਿਹਾ ਹੈ ਅਤੇ ਬੋਲਣ ਵਿੱਚ ਜਬਾ ਕਈ ਗੁਣਾ ਪ੍ਰਭਾਵ ਦਿੰਦਾ ਹੈ। ਸ਼ੌਕੀ ਕੋਈ ਨਹੀਂ, ਸਧਾਰਨ ਕੱਪੜਿਆਂ ਵਿੱਚ ਸਾਊਮੁਖਤਾ ਦੇਖਣ ਵਾਲੇ ਨੂੰ ਖਿੱਚ ਪਾਉਂਦੀ ਹੈ। ਤੌਰ ਵਿੱਚ ਕਾਲਾਪਣ ਹੈ, ਜਿਵੇਂ ਕੋਈ ਪੜਾਰ ਨਹੀਂ, ਕੋਈ ਮੰਜ਼ਿਲ ਨਹੀਂ। ਹਰ ਪਿੰਡ ਵਿੱਚ ਜੇ ਇਸ ਤਰ੍ਹਾਂ ਦੇ ਬੰਦੇ ਪੈਦਾ ਹੋ ਜਾਣ, ਮਾਸਟਰ ਸਚਦੇਵ ਦੇ ਸਮਾਜਵਾਦ ਦਾ ਸੁਪਨਾ ਕਿੰਨੀ ਛੇਤੀ ਪੂਰਾ ਹੋ ਜਾਵੇ। ਉਹ ਹੋਰ ਸੋਚਦੀ ਹੀ ਗਈ। ਐਤਵਾਰ ਦੀ ਦੁਪਹਿਰ ਕਰਤਾਰ ਸਿੰਘ ਰੂਪ ਦੇ ਚੁਬਾਰੇ ਸੀ। ਰੂਪ ਨੇ ਦੂਜੇ ਕਮਰੇ ਚਾਹ ਧਰ ਦਿੱਤੀ। ਸਰਪੰਚ ਬੱਚਿਆਂ ਨੂੰ ਕੇਸੀ ਨਹਾਤੇ ਅਤੇ ਚੁਸਤ ਕੱਪੜਿਆਂ 'ਚ ਵੇਖਦਾ ਬੇਹੱਦ ਪ੍ਰਸੰਨ ਸੀ। ਜਿੰਨਾ ਚਿਰ ਸਾਡੇ ਦੇਸ਼ ਦੇ ਸਾਰੇ ਬੱਚੇ ਇਸ ਤਰ੍ਹਾਂ ਦੀ ਸਿਹਤ ਵਿੱਚ ਨਹੀਂ ਆ ਜਾਂਦੇ, ਸਾਡੀ ਆਜ਼ਾਦੀ ਦਾ ਕੋਈ ਮਤਲਬ ਨਹੀਂ। ਸਰਪੰਚ ਨੇ ਮੰਜੇ 'ਤੇ ਬੈਠਿਆਂ ਹੀ ਸੁਮੇਰ ਨੂੰ ਬੁੱਕਲ ਵਿੱਚ ਲੈ ਲਿਆ। ਕਿਉਂ ਆੜੀ, ਟਾਟਾ। ਕਰਤਾਰ ਨੇ ਸੁਮੇਰ ਦੀ ਸਾਂਗ ਲਾਈ। ਚਾਹ ਬਣਾਉਂਦੀ ਰੂਪ ਕੋਲ ਸੀਤਾ ਦੇਵੀ ਆ ਗਈ। ਉਸ ਸਹਿਜ ਨਾਲ ਪੁੱਛੇ, ਧੀਏ ਪ੍ਰਾਹੁਣਾ ਕਿੱਥੋਂ ਹੈ? ਮਾਈ ਜੀ, ਮੇਰਾ ਭਰਾ ਹੀ ਹੈ। ਰੂਪ ਨੇ ਮਾਮੂਲੀ ਹੱਸ ਕੇ ਹੌਲੇ ਜਿਹੇ ਜਵਾਬ ਦਿੱਤਾ। ਮਾਈ, ਚਾਹ ਪੀ ਕੇ ਜਾਵੀਂ। ਨਾ ਧੀਏ, ਦੁਪਹਿਰੇ ਦਮ ਤਾਂ ਅੱਗੇ ਨਹੀਂ ਟਿਕਾਣੇ। ਸੀਤਾ ਦੇਵੀ ਪਿਛਲੇ ਪੈਰੀਂ ਵਾਪਸ ਮੁੜ ਗਈ। ਜਦ ਚਾਹ ਤਿਆਰ ਹੋ ਗਈ, ਰੂਪ ਨੇ ਬੱਚਿਆਂ ਨੂੰ ਪਿਆਲੀ ਦੇ ਦਿੱਤੀ। ਕਰਤਾਰ ਨੂੰ ਚਾਹ ਪੀਣ ਦਾ ਬੜਾ ਸਵਾਦ ਆਇਆ। ਉਹ ਸੋਚਦਾ ਰਿਹਾ ਸੀ, ਉਹ ਕਿਹੜੀ ਗੱਲ ਹੋਵੇਗੀ ਜਿਸ ਲਈ ਕੁੜੀ ਨੇ ਮੈਨੂੰ ਮੰਡੀ ਸੱਦਿਆ ਹੈ। ਭਾਂਡੇ ਧੋ ਸਵਾਰ ਕੇ ਰੂਪ ਨੇ ਆਪਣੇ ਟਿਕਾਣੇ ਰੱਖ ਦਿੱਤੇ। ਉਸ ਚਟਾਈ ਪੁੰਜੇ ਵਿਛਾ ਕੇ ਕੰਧ ਨਾਲ ਢੋ ਲਾ ਲਈ। ਇੱਕ ਪਾਸੇ ਸਿਰਹਾਣਾ ਲਾ ਕੇ ਉਸ ਦੋਹਾਂ ਬੱਚਿਆਂ ਨੂੰ ਥਾਪੜ ਦਿੱਤਾ। ਸਰਪੰਚ ਮੰਜੇ ਉੱਤੇ ਬਿਸਤਰੇ ਦਾ ਢੋ ਲਈ ਬੈਠਾ ਸੀ। ਰੂਪ ਨੇ ਧੋਤੇ ਵਾਲਾਂ ਦਾ ਖੁਸ਼ਕ ਹੋ ਜਾਣ ਅਤੇ ਪੁੱਲੇ ਜਿਹਾ ਜੁੜਾ ਕਰ ਲਿਆ ਅਤੇ ਸਫੈਦ ਚੁੰਨੀ ਨਾਲ ਸਿਰ ਢੱਕ ਲਿਆ। ਕਰਤਾਰ ਸਿੰਘ ਨੂੰ ਉਸਦੇ ਗੱਲ ਤੋਰਨ ਦੀ ਉਡੀਕ ਸੀ। ਰੂਪ ਚਾਹ ਬਣਾਉਣ, ਪੀਣ ਅਤੇ ਭਾਂਡੇ ਸਮੇਟਣ ਤੱਕ ਕਰਤਾਰ ਸਿੰਘ ਦੇ ਦਿਲ ਵਿੱਚ ਉੱਠਦੀਆਂ ਲਹਿਰਾਂ ਨੂੰ ਪੜ੍ਹਨ ਦਾ ਯਤਨ ਵੀ ਕਰਦੀ ਰਹੀ ਸੀ। ਉਸਨੂੰ ਕਿਸੇ ਪਾਸਿਓਂ ਵੀ ਥਿੜਕਦੀ ਸੋ ਨਹੀਂ ਮਿਲੀ ਸੀ। ਬਾਈ ਜੀ, ਗੱਲ ਮਾਮੂਲੀ ਹੁੰਦੀ, ਮੈਂ ਤੁਹਾਨੂੰ ਇੱਥੇ ਆਉਣ ਦੀ ਖੇਚਲ ਕਦੇ ਨਾ ਦਿੰਦੀ, ਰੂਪ ਨੇ ਲੰਮਾ ਸਾਹ ਭਰਦਿਆਂ ਕਹਿਣਾ ਆਰੰਭਿਆ। ਪਰ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਹੋਰ ਗੱਲ ਤੈਅ ਕਰਨਾ ਚਾਹੁੰਦੀ ਹਾਂ। ਕੀ? ਸਰਪੰਚ ਨੇ ਗੰਭੀਰ ਹੁੰਦਿਆਂ ਪੁੱਛਿਆ। ਪਰਸੋਂ ਤੁਸਾਂ ਮੇਰੀ ਗੱਲ ਦੇ ਮੋੜ ਵਿੱਚ ਕਿਹਾ ਸੀ, ਦੁਨੀਆਂ ਵਿੱਚ ਭੈਣ ਭਰਾ ਹੁੰਦੇ ਹੈ ਅਤੇ ਇੱਕ ਦੂਜੇ ਦੇ ਪਿਆਰ ਦਾ ਕਰਜ਼ਾ ਵੀ ਲਾਉਂਦੇ ਹੈ। ਸੋ ਮੈਂ ਦਿਲ ਨਾਲ ਫੈਸਲਾ ਕਰ ਲਿਆ ਹੈ ਕਿ ਤੁਹਾਡੀ ਭੈਣ ਬਣਾਂਗੀ। ਇਸੇ ਲਈ ਅੱਜ ਮੈਂ ਤੁਹਾਨੂੰ ਬਾਈ ਜੀ ਕਹਿ ਕੇ ਸੰਬੋਧਨ ਕਰ ਰਹੀ ਹਾਂ। ਕਰਤਾਰ ਢੇਰ ਸਮਾਂ ਮੱਥਾ ਘੁੱਟ ਕੇ ਸੋਚਦਾ ਰਿਹਾ। ਗੱਲ ਉਸਦੀ ਸੋਚ ਦੇ ਉਲਟ ਸ਼ੁਰੂ ਹੋ ਗਈ ਸੀ। ਉਹ ਆਪਣੇ ਕਹੇ ਵਿਚਾਰਾਂ ਤੋਂ ਭੱਜ ਵੀ ਨਹੀਂ ਸਕਦਾ ਸੀ। ਜੇ ਕੁੜੀਏ, ਤੇਰੀ ਇਹੀ ਮਰਜ਼ੀ ਹੈ, ਮੈਂ ਭਰਾ ਬਣ ਜਾਂਦਾ ਹਾਂ, ਪਰ ਤੂੰ ਇੱਕ ਵਾਰ ਸੋਚ ਲੈ, ਇਹ ਵੱਢ ਹੋਣਾ ਸਮਾਜ ਭੈਣ ਭਰਾ ਦੇ ਰਿਸ਼ਤੇ ਨੂੰ ਵੀ ਸ਼ੱਕੀ ਨਜ਼ਰਾਂ ਨਾਲ ਵੇਖਣੋਂ ਨਹੀਂ ਹਟਦਾ। ਇਹ ਵੀ ਖਿਆਲ ਰਹੇ, ਸਾਡੀ ਉਮਰ ਦਾ ਖਾਸ ਫਰਕ ਨਹੀਂ ਅਤੇ ਪਿੰਡ ਵੀ ਵੱਖਰੋ ਵੱਖਰੇ ਹਨ। ਮੈਂ ਪਰਸੋਂ ਤੋਂ ਹੀ ਸੋਚ ਰਹੀ ਹਾਂ, ਜੇ ਸਾਡੇ ਮਨ ਸਾਫ਼ ਹਨ, ਦੁਨੀਆਂ ਦੀ ਸ਼ੱਕੀ ਨਜ਼ਰ ਕੁਝ ਨਹੀਂ ਵਿਗਾੜ ਸਕਦੀ। ਰੂਪ ਆਪਣਾ ਇਰਾਦਾ ਪੱਕਾ ਬਣਾਈ ਬੈਠੀ ਸੀ। ਜੇ ਤੂੰ ਇੱਥੇ ਤੱਕ ਤੁਰ ਸਕਦੀ ਹੈ, ਮੈਨੂੰ ਭਰਾ ਬਣਨ 'ਚ ਕੋਈ ਇਤਰਾਜ਼ ਨਹੀਂ। ਮੁੰਡੇ ਨਾਲੋਂ ਇਸ ਸਮਾਜ ਵਿੱਚ ਕੁੜੀ ਦੀ ਪੁਜੀਸ਼ਨ ਵਧੇਰੇ ਕਮਜ਼ੋਰ ਹੁੰਦੀ ਹੈ। ਜਦ ਥਿੜਕਣ ਦਾ ਸਮਾਂ ਆਉਂਦਾ ਹੈ, ਕੁੜੀ ਹੀ ਪਹਿਲਾਂ ਜਰਕਦੀ ਹੈ। ਇਸ ਵਿੱਚ ਕਸੂਰ ਕੁੜੀ ਦਾ ਨਹੀਂ, ਉਸਦੀ ਸਮਾਜਿਕ ਬਣਤਰ ਦਾ ਹੁੰਦਾ ਹੈ। ਹਾਂ, ਹੁਣ ਤੂੰ ਭੈਣੇ ਅਗਲੀ ਗੱਲ ਬਿਨਾਂ ਸੰਕੋਚ ਕਹਿ। ਕਰਤਾਰ ਨੇ ਆਪਣੇ ਆਖਣ ਨੂੰ ਕਈ ਪੱਖਾਂ ਤੋਂ ਨਿਖਾਰਿਆ। ਰੂਪ ਕਰਤਾਰ ਦੀ ਵਿਚਕਾਰੋਂ ਗੱਲ ਸੁਣ ਕੇ ਧੜਕ ਗਈ ਸੀ, ਪਰ ਉਸ ਵਿੱਚ ਮਜ਼ਬੂਤੀ ਆ ਗਈ। ਉਸਦੀ ਭਟਕਦੀ ਰੂਹ ਨੂੰ ਸੰਤੋਸ਼ ਮਿਲ ਗਿਆ। ਦੋਹਾਂ ਬੱਚਿਆਂ ਨੂੰ ਊਂਘ ਆ ਗਈ। ਉਹ ਗੱਲ ਤੁਰਨ ਹੀ ਲੱਗੀ ਸੀ ਕਿ ਕਿਸੇ ਨੇ ਪੌੜੀਆਂ ਚੜ੍ਹਨ ਦਾ ਖੜਾਕ ਹੋਇਆ। ਉਹ ਸੋਚਿਆ, ਕੋਈ ਸੀਤਾ ਦੇਵੀ ਦੇ ਜਾਣ ਵਾਲਾ ਹੋਵੇਗਾ, ਪਰ ਆਉਣ ਵਾਲੇ ਨੇ ਆਵਾਜ਼ ਦਿੱਤੀ, ਜਗਰੂਪ। ਕਰਤਾਰ ਨੇ ਆਉਣ ਵਾਲੇ ਨੂੰ ਵਿਹੜੇ 'ਚ ਦੇਖਦਿਆਂ ਹੱਸ ਕੇ ਪੁਕਾਰਿਆ, ਆਓ ਮੁਸਲਮਾਨਾਂ, ਅਸਲਾਮ ਅਲੈਕਮ। ਰੂਪ ਸਚਦੇਵ ਨੂੰ ਦੇਖਦੀ ਖੁਸ਼ੀ ਖੁਸ਼ੀ ਉੱਠ ਕੇ ਖੜੋ ਗਈ। ਕਰਤਾਰ ਨਾਲ ਉਹ ਵੀ ਹੱਸ ਪਈ ਸੀ। ਸਲਾਮ ਵਾਲੇਕਮ।
सचदेव ने करतार नूं दोषियां वांग संबोधन करदिआं आख्या, पहलां इह दस तूं इत्थे किवें आया है, बहना है कि पुंजे उतरना है। बाई करतार ने लत उत्ते लत धरदिआं कहा, आकड़दा किवें है? मैं पुछिआ, जनाब इत्थे किवें आए है? सचदेव दीआं नासां फुलियां होईआं सन, दोही धिरी हासा तुलिया होया सी। रूप की हैरानी खुशी च बदल चुकी सी, फिर भी वह सोच रही सी, ये इन्ने डूंगे मित्र कदों कदे बने हुए है, मेरी तो भैन का घर है, तू दस किवें आया? तुसी मास्टर जी पह तो जावो, रूप ने सचदेव नूं बेनती की। पहला मैं जट का दिमाग साफ कर लवां, फिर ही बैठांगा। सचदेव ने ढाकां ते हथ रख ले, जे तू इहदा भरा सी मैनू कदे लई सद्दिआ? तेरे को बदमाश ना सूत आया? किहड़े बदमाश की गल करदे हो गुरु जी? बाई हैरान हो गया, मास्टर जी इन्हां नूं नहीं पता, बस दसण ही लगी सी। रूप ने गल विचों ही फड़ ली, तुसी दोस्त कदों कदे बने होए हो? बथेरा चिर इलैक्शनां च इकट्ठे धक्के खांदे रहे हां। बाई करतार सिंह ने हसदिआं उत्तर दिता। सचदेव बाई कोल ही बह गया, तू कुड़िए हमेशा उदों गल करदी हुंनी है जदों कोई भाणा बीतण वाला होवे। रूप ने गर्म होए सचदेव नूं ठंडे पानी का गिलास लिया फड़ाया, गिलास फड़ के फिर बोल पिया, तू गल करो जट्टा, साढ़े कोल दमगजे मारदा हुंदा है, बदमाश कुटना एक, तू इत्थे सोधेगा जां असीं मोगे ही ढा लईए? जे कुट्टे बिना ही सूत आ जाए? सरपंच ने पंचायती कार्रवाई नूं मुख रखिया, बदमाश की ते कुट्टे बिना की? सोटा पीरा विगड़िया तिगड़िया का। सचदेव मुड़का पूंज के पानी पीण लग पिया, गिलास खाली करके रूप नूं फड़ाउण पिछों वह मुड़ शुरू हो गया, मैं तो इत्थे कुड़ी नूं मिल के तेरे कोल पिंड आना सी इसे काम नूं, तू पहले इतिहास सुट्टी बैठा है, तू जट्टां दी गैरत नूं चैलेंज तो नहीं करता? मैं तो यह मनदा ही नहीं जट्टां च गैरत भी हुंदी है, इन्नी कह के सचदेव मीसणा हो गया, बाणियां मैं रगा मल दूंगा, फिर गैरत दा ही पता लग जाएगा। बाई ने सचदेव नूं गलों फड़ के कुट सुट्टिया, और ना ना बाई वेखी कितें, हसदी रूप बाई नूं हटाने लई हथ भी मार रही सी, मैनूं भैण ने दस्या हुंदा मामला साफ हो जाणा सी गुरु जी। करतार अपनी थां सच्चा सी, मोगे दा इक ड्राइवर है, वह रूप नूं उत्थे भी तंग करदा रहा है, असी परागा पाउण लगे सी, प्रिंसीपल ने सानूं हटा दिता। प्रिंसीपल ने जद उसनूं पुलिस दे दबका मार पुलिस दे देण दा दबका मारिया, बस इन्ने च ही जरक गया, इत्थे पता नहीं इसनूं की बोलिया है। सचदेव ने रूप नूं दसण लई प्रेरिया, एक बार तां उस बस पिछे ट्रक लाया, अगले दिन उसे बस च बह के रत्तेवाल तक नाल गया, कच्चे राह अबा तबा बोलदा गया, मैं बिल्कुल नहीं बोली, कल शामी हेठां हलवाई की दुकान च भी 2 घंटे बैठा रहा। रूप ने बिना झिझक सही सही कह दिता, तू उदों सानूं खबर भेज दी? बाई एक बार ही भग गया, बाई जी बिना निगर सांझ तो इस तरह मैं किवें दस सकती सी? मास्टर होरां नूं मैं खत लिख दिता सी। अच्छा कुड़ियो, हुण तू डरी ना ते ना ही घबराई, जे साढ़े ज्यौदिआं कुछ हो गया सानूं ज्यौदे ही ना समझी। बाई करतार ने रूप दे सारे डर लाउंदिआं कहा, हुण जदों मिले उसनूं रत्ते हाल ही सद लवीं ते मैनूं खबर कर दे। सारिआं दे चेहरे संजीदा चुप ते गंभीर बना दित्ते, थोड़ा समां कोई भी गल ना कर सकिआ। बीबी मैनूं लगी है भुख, मैं फिरोजपुरों आया हाँ, सचदेव नूं भुख चमक पई सी, मैं किन्नी कमली हाँ पुछिआ ही नहीं? रूप शर्म अनुभव करती उठ खलोती, रोस रोटी मास्टर जोगी पई सी क्योंकि करतार खा के ही आया सी, रूप ने उस नाल उस लई पका छड्डी सी, रोटी गर्म करन लई दूजे कमरे में चली गई। रूप दे जाण पिछों सचदेव ने बाई वल रुख पलटिया, क्यों निरी सरपंची करदा है जां कुछ काम भी करदा है? काम वेखना ते पिंड चल के वेख, बाई ने इस तरह आख्या जिवें उसनूं अपने काम ते माण सी। टोटियां नूं भन के गुठे लाया है, अगे जने खने की पुलिस तो बेइज्जती करवा देंदे सी, ब्लाक वालियां राही 2 गलियां पक्कियां करवा दित्तियां ने, लाइब्रेरी खुलवा दित्ती है, लोगों के नहाने लई खूह ते हौज बनवा दिता है, शायद 2-3 महीने तक ब्लाक वालियां का मेला भी करवाइए, तू जरूर आवी, एक पाड़ पुट्टिया है जे सिरे चढ़ गया, विद्या दी इलाके च पौड़ी लवा देंगा, ये काम भी करदे जाओ, पर बुनियादी काम निग्गर वर्करां नूं पैदा करके जथेबंदी च पाउणा है, सुधारवादी कामां नूं इस ढंग नाल करो कि उन्हां दा सिट्टा नेड़ भविष्य विच पुराने समाज की थां नवें समाज विच पलटा निकले
हिंदुस्तान खासकर पंजाब विच जिन्ना चिर किसान नहीं उठता देश की समाजी रीढ़ मजबूत नहीं होंदी। सचदेव ने अपने दोहां हाथां ते जोड़ नूं तोड़ सुट्टिया। बाहर खलोती रूप ने अंदरलियां गल्लां विच दिलचस्पी लैणी शुरू कर दित्ती। अज उसकी रूह का खेड़ा म्यौंदा नहीं सी क्योंकि उसका गुरु ते भरा इको विचार दे दोस्त साथी सन। केसर एक महीने की छुट्टी आ गया। जद उस रूप नूं अपने पैरां उत्ते ठाट नाल खलोतियां वेख्या उसका अंदर प्रसन्नता नाल भर गया। तारीफ नूं रोकदिया उस ला के आख्या जदों तीवी अपने पैरां ते खलो जावे उसनूं मर्द दी परवाह ही घट जांदी है सगो प्यार भी पतला पा दिंदी है। रूप हासा ना रोक सकी तां हुण मैं समझा मिस्टर खुंडी खां हिट्टा मारन ते उतर आए ने। असल गल यह है जे तीवी कमाउण लग जावे मर्द नूं साड़ा होण लग पैंदा है उह सरदा दोहां धिरां नूं नहीं इक दूजे बिना। रूप अपनी थां कम अते ड्यूटी कारण संजीदा हो गई सी पर केसर नूं हुण भी पहलां वर्गी जज्बाती रूप चाहीदी सी। प्यार दे पतला पैण दा सवाल नहीं पैदा हुंदा सी सगों समाजी हालत विच केसर आपूं नहीं बदल सकिया सी। फौजी घेरे विच कुछ बदलन की गुंजाइश घट रही सी अते लम्मे विछोड़े ने गिले शिकवें लई थां पैदा कर दित्ती सी। केसर चोटां लाउण विच स्वाद भी लै रहा सी। तैनू तां सरदार नहीं सर जावेगा मैनू ही नहीं सरना रूप की एक तरह चीक निकल जाण वाली हो गई पर डाढ़ा जब्त करदिआं बोली मैनू किवें सर जावेगा तनखाह तैनू मेरे जिन्नी मिलती है बच्चे कोल मापे कोल ते हुण भरा ते गुरु भी पैदा कर ले घाटा कि चीज़ का रह गया। सारिया गल्लां कह देण तो बावजूद केसर अपनी अहमियत नूं शरारत नाल बुल्लां हेठ दबाई बैठा सी। इह सारे रल के भी तुहाडी खाली थां नहीं पूर सकदी। रूप ने एक होंका खिंच के अपना आप जज्बे नाल भर लिया। केसर दीआं सारिया शक्कां ते चोटां मार खा के रह गईआं। रूप नूं कुछ छुट्टियां आ गईआं। छुट्टियां विचों छेरियाणे चले गए। उत्थे तारे दे मंगणे दा झगड़ा नवीं ली फड़ गया सी। दुल्ला सिंह अनपुड़ कुड़ी दा साक लैणा चाहुंदा सी। उस दे ख्याल विच पढ़ियां लिखियां कुड़ियां मुंडियां नूं मापियां कोलों खोह लैंदियां हन। रूप दा केसर नूं अपने पिछे लाउणा उस दे पुराने विचार नूं सही साबित करदा सी। उस अपनी अखलाकी कमजोरी वल ध्यान मारन की कदे खेचल नहीं कीती सी। केसर अते रूप दे घर आ जाण नाल तारा अपने आप नूं घर विच तकड़ा नहीं तां बराबर दा जरूर समझण लग पिया सी। गुरदेव ते मुख्तियारो छेती भरा दा विआह वेखणा चाहुंदियां सन। उन्हां नूं पढ़े अनपढ़े साग दी परवाह घट सी इन्ना उह जरूर सोचदियां सन। सोहणी वोटी नाल घट तों घट रूप जिन्ना दाज जरूर आ जावे। दुल्ला सिंह अते रतन सिंह तेजो दी भतीजी दे साग लई जोर पा रहे सन। तारा दिलों बिल्कुल राजी नहीं सी पर उस भरा ते बापू नूं सामना जवाब हाले कोई नहीं सी दित्ता। केसर अते रूप दी शह कारण उस साफ ना कर दित्ती। तारे दे ना कह देण ते दुल्ला सिंह सड़बल गया ते जे ने उसके कन्न विच फूक मार दित्ती। तारे नूं रूप ने चुक्या है नहीं तां कदे ना करदा। ये गल किसी हद तक ठीक सी ते इसलिए तारा हुण तक घरदिआं सामने नहीं होया सी। तारे दी जिंदगी बनाउण नाल रूप अपनी भी घर विच कमज़ोर पोजिशन नहीं वेख सकती सी। इह सी रूप तारा नावल दे नौवें भाग दा दूजा हिस्सा। नावल रूपधारा भाग नौवां हिस्सा तीजा। दुल्ला सिंह ने तारे नूं स्कूल खर्च बंद करन लई धमकी दित्ती। उंजो केसर नूं हथों गवा लैण पिछों तारे नूं उस तरह का उडार नहीं करना चाहुंदा सी। इस तरह उसकी अपनी भी बदनामी हुंदी सी। केसर ने सारिआं दे सामने दलेरी नाल आख्या तारिया पढ़नो ना हटी ते खर्च का फिक्र ना करी असी होर औखे हो लवांगे। केसर दी इन्नी गल ने विरोधियों के इरादियां दी रीढ़ तोड़ दित्ती। उन्हां समझिया दोवें जिद्दीए बंदे ने वड्डी गल नहीं जिद पगा भी जान
ਵੱਡੀ ਗੱਲ ਨਹੀਂ ਜਦ ਪੁਗਾ ਵੀ ਜਾਣ। ਉਹਨਾਂ ਆਪਣੇ ਆਪ ਵਿੱਚ ਬੁੜਬੁੜ ਤਾਂ ਜ਼ਰੂਰ ਕੀਤੀ, ਪਰ ਤਾਰੇ ਦੇ ਸਾਕ ਬਾਰੇ ਹਮੇਸ਼ਾ ਲਈ ਚੁੱਪ ਸਾਧ ਲਈ। ਰੂਪ ਨੂੰ ਇਉਂ ਜਾਪਿਆ ਜਿਵੇਂ ਉਸਦਾ ਇਰਾਦਾ ਚੜ੍ਹਦੇ ਦਾ ਸੂਰਜ ਹੋ ਗਿਆ ਏ। ਸ਼ੇਰਿਆਣੇ ਤੋਂ ਉਹ ਨੂਰਪੁਰ ਆ ਗਏ। ਬੇਜੀ ਨੂੰ ਰੂਪ ਕੋਲ ਰਹਿਣ ਲਈ ਕੇਸਰ ਨੇ ਵੀ ਜ਼ੋਰ ਲਾਇਆ, ਪਰ ਉਹ ਬੂੜ ਸਿੰਘ ਨੂੰ ਛੱਡ ਕੇ ਜਾਣਾ ਕਿਸੇ ਤਰ੍ਹਾਂ ਵੀ ਨਾ ਮੰਨੀ। ਦੋਹਾਂ ਜੀਆਂ ਦਾ ਭਾਰ ਉਹ ਰੂਪ ਉੱਤੇ ਕਿਵੇਂ ਬਰਦਾਸ਼ਤ ਕਰ ਸਕਦੀ ਸੀ? ਕੇਸਰ ਅਤੇ ਰੂਪ ਅਨਪੜ੍ਹ ਮਾਲਣ ਦੇ ਅਸੂਲ ਦੀ ਪ੍ਰਸ਼ੰਸਾ ਕਰਦੇ ਮੰਡੀ ਆ ਗਏ। ਅਗਲੇ ਦਿਨ ਰੂਪ ਨੇ ਪੜ੍ਹਾਉਣ ਜਾਣਾ ਸੀ। ਉਸਦੀ ਖਾਹਿਸ਼ ਸੀ ਕੇਸਰ ਕਰਤਾਰ ਬਾਈ ਦੇ ਨੂੰ ਮਿਲ ਕੇ ਜਾਵੇ। ਉਹ ਚਾਹੁੰਦੀ ਸੀ ਕੇਸਰ ਵੇਖੇ ਮੈਂ ਕਿਸ ਤਰ੍ਹਾਂ ਦਾ ਭਰਾ ਪੈਦਾ ਕੀਤਾ ਹੈ। ਉਹ ਇਸ ਗੱਲ ਵਿੱਚ ਮਾਣ ਅਨੁਭਵ ਕਰਦੀ ਸੀ। ਅਗਲੇ ਦਿਨ ਕੇਸਰ ਰੂਪ ਨਾਲ ਰੱਤੇਵਾਲ ਚਲਿਆ ਗਿਆ। ਮਾਸਟਰ ਸ਼ਿਵਦੱਤ ਨੇ ਜਦ ਭਰੀ ਸਿਹਤ ਨਾਲ ਖੂਬਸੂਰਤ ਕੇਸਰ ਨੂੰ ਦੇਖਿਆ, ਉਸਦੀ ਟੀਰੀ ਅੱਖ ਦਾ ਆਨਾ ਪੁੱਠਾ ਹੋ ਗਿਆ। ਉਸ ਕਦੇ ਸੋਚਿਆ ਤੱਕ ਨਹੀਂ ਸੀ ਇਹਨਾਂ ਦੀ ਇੰਨੀ ਹਸੀਨ ਜੋੜੀ ਹੋਵੇਗੀ। ਪਤਾ ਲੱਗਣ 'ਤੇ ਕਰਤਾਰ ਸਕੂਲ ਆਇਆ ਅਤੇ ਕੇਸਰ ਨੂੰ ਨਿੱਘੇ ਵਿਸ਼ਵਾਸ ਨਾਲ ਮਿਲਿਆ। ਤੂਤ ਦੀ ਛਾਵੇਂ ਉਹ ਕਿੰਨਾ ਹੀ ਚਿਰ ਮੰਜੇ ਉੱਤੇ ਬੈਠੇ ਗੱਲਾਂ ਕਰਦੇ ਰਹੇ। ਸਮੇਰ ਉਹਨਾਂ ਨਾਲ ਘੁਲ ਰਿਹਾ ਸੀ। ਥੋੜ੍ਹਾ ਸਮਾਂ ਹੋਰ ਬੈਠਣ ਪਿੱਛੋਂ ਬਾਈ ਕੇਸਰ ਨੂੰ ਘਰ ਲੈ ਆਇਆ। ਕੇਸਰ ਨੇ ਬਾਈ ਦੀਆਂ ਸਿਫਤਾਂ ਬਹੁਤ ਸੁਣੀਆਂ ਸਨ। ਦੇਖਣ ਮਿਲਣ ਅਤੇ ਗੱਲਬਾਤ ਕਰਨ ਨਾਲ ਉਹ ਸਾਰੀਆਂ ਇੱਕ ਇੱਕ ਕਰਕੇ ਜੁੜਦੀਆਂ ਜਾ ਰਹੀਆਂ ਸਨ। ਸਕੂਲ ਛੁੱਟੀ ਕਰਕੇ ਰੂਪ ਵੀ ਘਰ ਹੀ ਆ ਗਈ। ਰੂਪ ਪਹਿਲਾਂ ਵੀ 2-4 ਵਾਰ ਘਰ ਆ ਚੁੱਕੀ ਸੀ ਅਤੇ ਕਰਤਾਰ ਦੀ ਮਾਂ ਅਤੇ ਵਹੁਟੀ ਮਹਿੰਦਰ ਕੌਰ ਨੂੰ ਮਿਲ ਚੁੱਕੀ ਸੀ। ਮਹਿੰਦਰ ਕੌਰ ਦਾ ਅਨਪੜ੍ਹ ਹੋਣਾ ਰੂਪ ਨੂੰ ਮਾਨਸਿਕ ਤੌਰ 'ਤੇ ਚੁਭਿਆ ਸੀ। ਉਹ ਮਹਿੰਦਰ ਕੌਰ ਨੂੰ ਪੰਜਾਬੀ ਪੜ੍ਹਨ ਲਈ ਤਿਆਰ ਕਰ ਲਿਆ ਸੀ। ਉਸ ਆਉਂਦਿਆਂ ਹੀ ਮਹਿੰਦਰ ਤੋਂ ਪੁੱਛਿਆ, ਕਿਉਂ ਭਾਬੀ ਜੀ, ਪੜ੍ਹਾਈ ਅੱਜ ਤੋਂ ਸ਼ੁਰੂ ਕਰੀਏ ਜਾਂ ਕੱਲ੍ਹ ਤੋਂ? ਅੱਜ ਤਾਂ ਤੁਹਾਨੂੰ ਆਪਣੀਆਂ ਗੱਲਾਂ ਗੱਪਾਂ ਤੋਂ ਵਿਹਲ ਨਹੀਂ ਮਿਲਣੀ। ਮਹਿੰਦਰੋਂ ਹੱਸ ਪਈ, ਚੰਗਾ ਤੂੰ ਵੀ ਗੱਪਾਂ 'ਚ ਆ ਜਾ। ਮੁਸਕਰਾਉਂਦੀ ਰੂਪ ਚੁਬਾਰੇ ਦੀਆਂ ਵਲਦਾਰ ਪੌੜੀਆਂ ਚੜ੍ਹਨ ਲੱਗੀ। ਨਹੀਂ, ਮੈਂ ਤਾਂ ਤੁਹਾਡੀ ਸੇਵਾ ਲਈ ਹਾਂ। ਮਹਿੰਦਰੋਂ ਨੇ ਚਾਹ ਜੱਗ ਵਿੱਚ ਉਲਟਾ ਲਈ ਜਿਹੜੀ ਉਸ ਤਿਆਰ ਕਰ ਰੱਖੀ ਸੀ। ਚਾਹ ਪੀਣ ਦਾ ਫੈਸਲਾ ਰੂਪ ਦੇ ਆਉਣ ਤੱਕ ਮੁਲਤਵੀ ਰਿਹਾ ਸੀ। ਰੂਪ ਦੇ ਪਿੱਛੋਂ ਹੀ ਮਹਿੰਦਰ ਚਾਹ ਲੈ ਕੇ ਉੱਤੇ ਆ ਗਈ। ਗਲਾਸ ਤਿੰਨੇ ਵੇਖ ਕੇ ਕਰਤਾਰ ਨੇ ਮੁਸਕਾਨ 'ਚੋਂ ਆਖਿਆ, ਤੂੰ ਆਪਣਾ ਗਲਾਸ ਨਹੀਂ ਲਿਆਈ? ਮੈਂ ਤੁਹਾਡੇ ਬਰਾਬਰ ਬਹਿਣ ਵਾਲੀ ਨਹੀਂ। ਇੰਨੀ ਕਹਿ ਕੇ ਹੀ ਉਹ ਪਿਛਾਂ ਮੁੜਨ ਲੱਗੀ ਜਦ ਕਰਤਾਰ ਨੇ ਬਾਂਹ ਫੜ ਲਈ। ਮੈਂ ਤਰਸ ਕੇ ਮਰ ਜਾਣਾ ਹੈ, ਤੂੰ ਬਰਾਬਰ ਬਹਿ ਕੇ ਕਦੇ ਚਾਹ ਨਹੀਂ ਪੀਣੀ। ਰੂਪ ਅਤੇ ਕੇਸਰ ਬਾਈ ਦੀ ਰੋਮਾਂਚਕਾਰੀ ਉੱਤੇ ਹੱਸਣ ਨਾ ਰਹਿ ਸਕੇ। ਮਹਿੰਦਰੋਂ ਨੇ ਬੇਪਰਵਾਹੀ ਨਾਲ ਆਖਿਆ, ਆਹੋ ਮੈਨੂੰ ਪਤਾ ਏ, ਪਿਆਰ ਕਰਨ ਵਾਲੇ ਬਹੁਤੀਆਂ ਗੱਲਾਂ ਨਹੀਂ ਮਾਰਦੇ ਹੁੰਦੇ। ਇੰਨੀ ਆਖ ਉਹ ਪੜ੍ਹੇ ਲਿਖੇ ਮਾਲਕ ਨੂੰ ਸ਼ਹਿ ਦੇ ਗਈ ਅਤੇ ਮੋੜ ਸੁਣਨ ਤੋਂ ਪਹਿਲਾਂ ਪੌੜੀਆਂ ਲੈ ਗਈ। ਹੁਣ ਜੱਟੀ ਦਾ ਜਿਗਰਾ ਜਿਗਰਾਈ ਏ, ਕਰਤਾਰ ਘਰਵਾਲੀ ਦੀ ਅਣਹੋਂਦ ਵਿੱਚ ਉਸਦੀ ਤਾਰੀਫ ਕਰ ਗਿਆ। ਬਾਈ, ਮੈਂ ਤੇਰੇ ਵਿਆਹ ਦੀ ਕਹਾਣੀ ਜ਼ਰੂਰ ਸੁਣਨੀ ਏ। ਜਗਰੂਪ ਇਕਦਮ ਹੀ ਹੱਸ ਪਈ। ਤੈਨੂੰ ਮਰ ਜਾਣੀ ਏ ਕਿਵੇਂ ਪਤਾ ਏ? ਮੈਨੂੰ ਬਿੱਕਰ ਦੀ ਬੀਬੀ ਦਿਆਲੀ ਨੇ ਇੱਕ ਦਿਨ ਗੱਲੀ ਗੱਲੀ ਦੱਸਿਆ ਸੀ। ਸਾਡੀ ਵੀ ਉਹ ਵਿਚੋਲੀ ਰਹੀ ਏ। ਕੇਸਰ ਨੂੰ ਚਾਹ ਨਾਲ ਇੱਕ ਦਿਲਚਸਪੀ ਮਿਲ ਗਈ। ਉਸ ਵੀ ਮੁਸਕਰਾਉਂਦਿਆਂ ਉਤਸ਼ਾਹ ਨਾਲ ਮੰਗ ਕਰ ਦਿੱਤੀ, ਬਾਈ ਜੀ ਜ਼ਰੂਰ ਹੋ ਜਾਵੇ। ਚੰਗਾ, ਚਾਹ ਪੀ ਲਵੋ, ਕਰਤਾਰ ਨੇ ਪ੍ਰਸੰਨਚਿਤ ਜਵਾਬ ਦਿੱਤਾ। ਉਸਨੂੰ ਆਪਣੀ ਪਿਆਰ ਜਿੱਤ ਉੱਤੇ ਬੜਾ ਫਖਰ ਸੀ। ਚਾਹ ਪੀਣ ਪਿੱਛੋਂ ਉਸ ਭਾਂਡੇ ਮੰਜੇ ਹੇਠ ਕਰ ਦਿੱਤੇ। ਚੁਬਾਰੇ ਦੀ ਕੰਧ ਨਾਲ ਢੋ ਲਾ ਕੇ ਉਸ ਲੱਤਾਂ ਦੀ ਕੰਘੀ ਵਲ ਲਈ ਅਤੇ ਆਖਣਾ ਸ਼ੁਰੂ ਕੀਤਾ, ਮਹਿੰਦਰੋਂ ਮੇਰੀ ਦੂਜੀ ਵਹੁਟੀ ਹੈ, ਪਹਿਲੀ ਮਰ ਗਈ ਸੀ। ਹਾਂ, ਮੈਨੂੰ ਪਤਾ ਹੈ, ਰੂਪ ਨੇ ਹੁੰਗਾਰਾ ਭਰਿਆ। ਮੈਂ ਸਾਲ ਭਰ ਕੋਈ ਸਾਕ ਨਾ ਲਿਆ, ਨਿੱਤ ਮਾਂ ਲੜਿਆ ਕਰੇ, ਇਸ ਮੁੰਡੇ ਦਾ ਕੀ ਬਣੇਗਾ? ਖੈਰ, ਸਾਕ ਮਹਿੰਦਰੋਂ ਦਾ ਬਾਪ, ਉਸਦਾ ਮਾਮਾ ਅਤੇ 1-2 ਹੋਰ ਬੰਦੇ ਜ਼ੋਰ ਪਾ ਕੇ ਕਰ ਗਏ। ਉਹਨਾਂ ਦਿਨਾਂ ਵਿੱਚ ਮੈਂ ਕਾਫ਼ੀ ਉਡਾਰ ਹੋ ਚੁੱਕਾ ਸੀ। ਮੈਂ ਬੁੱਢੋਂ ਹੀ ਹੱਥੀਂ ਥੋੜ੍ਹਾ ਕੀਤਾ ਸੀ। ਯਾਰਾਂ ਦੀ ਢਾਣੀ ਨਾਲ ਸ਼ਿਕਾਰ ਦਾ ਸ਼ੌਕ ਜਨੂਨ ਬਣ ਚੁੱਕਾ ਸੀ। ਉਹਨਾਂ ਦਿਨਾਂ ਵਿੱਚ ਹੀ ਦੇਸ਼ ਆਜ਼ਾਦ ਹੋਣ ਨਾਲ ਵੰਡਿਆ ਗਿਆ। ਪਾਕਿਸਤਾਨ ਬਣ ਜਾਣ ਨਾਲ ਇੱਧਰ ਮੁਸਲਮਾਨ ਭਰਾਵਾਂ ਉੱਤੇ ਬਿਪਤਾ ਅਤੇ ਪਹਾੜ ਟੁੱਟ ਪਏ। ਇਸੇ ਤਰ੍ਹਾਂ ਪਾਕਿਸਤਾਨ ਵਿੱਚ ਹਿੰਦੂ ਸਿੱਖਾਂ ਨਾਲ ਹੋਈ। ਦੋਹਾਂ ਪਾਸੇ ਨਿਰਦੋਸ਼ ਗਰੀਬਾਂ ਅਤੇ ਕਤਲੇਆਮ ਨੇ ਮੇਰੀ ਸਿਆਸੀ ਤੌਰ 'ਤੇ ਪਹਿਲੀ ਵਾਰ ਅੱਖ ਖੋਲ੍ਹੀ। ਸਿਆਸੀ ਸੂਝ ਉਦੋਂ ਮੇਰੀ ਰੁਪਈਏ 'ਚੋਂ ਆਨਾ ਵੀ ਨਹੀਂ ਸੀ। ਮੈਂ ਲੁਟੇਰਿਆਂ ਅਤੇ ਕਾਤਲਾਂ ਦਾ ਰੱਜ ਕੇ ਵਿਰੋਧੀ ਸੀ। ਫਸਾਦ ਲੰਘ ਜਾਣ ਪਿੱਛੋਂ
ਮੈਨੂੰ ਸਚਦੇਵ ਵਰਗੇ ਸਾਥੀਆਂ ਰਾਹੀਂ ਪਤਾ ਲੱਗਾ ਕਿ ਇਹ ਫਿਰਕੂ ਫਸਾਦ ਸਮਾਜ ਦੇਸੀ ਰਜਵਾੜਿਆਂ ਅਤੇ ਸਰਮਾਇਆਦਾਰਾਂ ਮਿੱਥ ਕੇ ਕਰਵਾਏ ਸਨ। ਇਸੇ ਕਾਰਨ ਮੇਰੀ ਇਹਨਾਂ ਨਾਲ ਲੱਗਦੀ ਤੁਰੀ ਆ ਰਹੀ ਹੈ। ਖੈਰ, ਮੈਂ ਆਪਣੇ ਯਾਰਾਂ ਦੀ